ਮਾਲਵਾ ਬਰਲੇਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਪੈਨਪਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ ਸਾਰੇ ਪੈਨਪਰਾਂਾਂ ਲਈ ਜਿਨ੍ਹਾਂ ਨੇ ਪੰਜਾਬ ਪੁਲਿਸ ਕਨਸਟੇਬਲ ਤੇ ਸਬ ਇੰਸਪੈਕਟਰ ਭਰਤੀਆਂ ਦੇ ਪੇਪਰ ਦੇਣੇ ਆ 2024 ਦੇ ਵਿੱਚ ਖਾਸ ਕਰਕੇ ਇਕੱਲੇ 2024 ਦੇ ਹੀ ਨਹੀਂ 2023 ਦੇ ਬੱਚਿਆਂ ਲਈ ਵੀ ਅਵੇਅਰਨੈਸ ਹੈ ਚਾਹੇ ਤੁਸੀਂ ਫਰੈਸ਼ਰ ਹੋ ਚਾਹੇ ਤੁਸੀਂ ਪੁਰਾਣੇ ਹੋ ਤੁਹਾਡੇ ਲਈ ਇਹ ਵੀਡੀਓ ਇੰਨੀ ਇੰਪੋਰਟੈਂਟ ਹੈ ਕਿ ਐਗਜ਼ਾਮ ਤੋਂ ਵੀ ਵੱਧ ਕੇ ਇਹ ਕਿ ਤੁਹਾਡੀ ਲਾਈਫ ਨੂੰ ਕਹਿੰਦਾ ਪਾਵੇ ਇੱਕ ਰਿਸਕ ਪਹੁੰਚ ਸਕਦਾ ਤੁਹਾਡੀ ਜਿਹੜੀ ਕਹਿੰਦਾ ਪਾਉ ਤੁਸੀਂ ਜ਼ਰੂਰੀ ਨਹੀਂ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਲਈ ਤਿਆਰੀ ਕਰ ਰਹੇ ਹੋ ਕਿਸੇ ਹੋਰ ਭਰਤੀਆਂ ਦੀ ਵੀ ਜਿੱਤੇ ਤਿਆਰੀ ਨਾਲ-ਨਾਲ ਕਰ ਰਹੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਇੱਕ ਖਤਰਾ ਹੋ ਸਕਦਾ ਜਿਹੜਾ ਕਿ ਤੁਹਾਨੂੰ ਹੁਣ ਦੱਸਿਆ ਜਾਊਗਾ ਪਲੀਜ਼ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਟੈਲੀਗ੍ਰam ਵਟਸਐਪ ਉੱਤੇ ਤੇ ਆਪਣੇ ਭੈਣ ਭਰਾਵਾਂ ਨੂੰ ਇਹ ਸਮਝਾਈਓ ਵੀ ਜਿਹੜੀਆਂ ਗੱਲਾਂ ਹੁਣ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਉਹ ਬਿਲਕੁਲ ਵੀ ਸਕਿੱਪ ਨਹੀਂ ਕਰਨੀਆਂ ਤੇ ਇੱਕ ਇੱਕ ਗੱਲ ਸਮਝਣੀ ਹੈ ਠੀਕ ਹੈ ਜੀ ਹੁਣ ਦੋਸਤੋ ਦੇਖੋ ਆਪਣੇ ਭਗਵੰਤ ਮਾਨ ਸਰਕਾਰ ਦੀ ਜਦੋਂ ਮਤਲਬ ਕਹਿੰਦਾ ਪਾਵਰ ਆਹਾਂ ਨੌਕਰੀਆਂ ਕੱਢਣ ਦੀ ਆਪਣੀ ਜ਼ਿੰਮੇਵਾਰੀ ਲਈ ਆ ਪੰਜਵੇਂ ਤੇ ਜਦੋਂ ਨੌਕਰੀਆਂ ਜਦੋਂ ਦੀਆਂ ਆ ਰਹੀਆਂ 2023 ਦੀਆਂ ਤੇ ਬਹੁਤ ਸਾਰੇ ਬੱਚਿਆਂ ਨੇ ਅਕਸਰ ਸੁਣਿਆ ਵੀ ਹੋਵੇਗਾ ਪਹਿਲੀ ਗੱਲ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਠੀਕ ਹੈ ਜੀ ਬਹੁਤ ਸਾਰੇ ਬੱਚਿਆਂ ਨੇ ਇਹ ਸੁਣਿਆ ਹੋਵੇਗਾ ਵੀ ਭਗਵੰਤਮਾਨ ਸਰਕਾਰ ਜਿਹੜਾ ਪਾਰਦਰਸ਼ੀ ਕੰਮ ਕਰ ਰਹੀ ਹੈ ਹਨਾ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਇਥੋਂ ਹੀ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਤੁਹਾਨੂੰ ਸਮਝਾਵਾਂਗੇ ਜਿਹੜੀਆਂ ਚੀਜ਼ਾਂ ਦੇ ਪਿੱਛੇ ਇਹ ਕਾਰਨ ਬਣ ਰਹੇ ਨੇ ਠੀਕ ਹੈ ਜਿਵੇਂ ਪਾਰਦਰਸ਼ੀ ਕੰਮ ਹੋਣ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਹੁਣ ਅਪੀਲ ਪਾਣੋਂ ਡਰਦੇ ਪਏ ਆ ਐਮਐਲਏ ਸਾਹਿਬ ਕੋਲ ਕਿਤੇ ਵੀ ਮਤਲਬ ਕਹਿੰਦਾ ਪਾ ਵੀ ਸਾਨੂੰ ਰੱਖ ਲਓ ਨੌਕਰੀ ਤੇ ਅਸੀਂ ਇੰਨੇ ਪੈਸੇ ਚੜਾ ਦਾਂਗੇ ਜਾਂ ਫਿਰ ਕੁਝ ਵੀ ਸੋ ਕਿਰਪਾ ਕਰਕੇ ਮੈਂ ਬੇਨਤੀ ਕਰਨਾ ਇਹ ਗੱਲ ਬਿਲਕੁਲ ਸੱਚ ਹੈ ਤੁਸੀਂ ਬਿਲਕੁ ਕਿਉਂਕਿ ਗੱਲ ਇਦਾਂ ਹੁੰਦੀ ਆ ਆਪਾਂ ਆਪਣੇ ਕਈ ਭੈਣ ਭਰਾ ਚਲੇ ਜਾਂਦੇ ਆ ਠੀਕ ਹੈ ਜੀ ਬਹੁਤ ਸਾਰੇ ਭੈਣ ਭਰਾ ਇਹੋ ਜਿਹੀ ਵੀ ਕਹਿਣਗੇ ਵੀ ਉਹਨਾਂ ਦੇ ਸਰਕਾਰ ਦੇ ਜਿਹੜੇ ਮੇਨ ਬੰਦੇ ਕੋਲ ਐਮ ਐਲ ਏ ਨੂੰ ਨਾ ਕੋ ਉਹਨਾਂ ਦੇ ਨੁਮਾਇੰਦਿਆਂ ਨੂੰ ਕੋ ਉਹ ਤੁਹਾਡੀ ਹੈਲਪ ਕਰ ਸਕਦੇ ਆ ਜੇ ਤੁਸੀਂ ਭਰਤੀ ਹੋਣਾ ਤਾਂ ਪਲੀਜ਼ ਬਿਲਕੁਲ ਵੀ ਇਹ ਚੀਜ਼ ਨਾ ਕਰਿਓ ਉਹ ਤੁਹਾਡੇ ਤੋਂ ਪੈਸੇ ਜ਼ਰੂਰ ਖਾ ਲੈਣਗੇ ਮੇਬੀ ਕੋਈ ਇੱਕ ਅੱਧਾ ਬੰਦਾ ਇਹੋ ਜਿਹਾ ਹੋਵੇ ਵਿੱਚ ਜਿਹੜਾ ਕਹਿੰਦਾ ਪਾ ਪੈਸੇ ਖਾ ਕੇ ਬਾਅਦ ਦੇ ਵਿੱਚ ਤੁਹਾਨੂੰ ਕਹੂਗਾ ਵੀ ਤੁਸੀਂ ਕਿਹੜਾ ਸਾਨੂੰ ਪੈਸੇ ਦਿੱਤੇ ਆ ਕਿਉਂਕਿ ਤੁਹਾਨੂੰ ਪਤਾ ਮਰੇ ਨਾ ਮੁਕਰੇ ਦਾ ਇੱਕੋ ਗੱਲ ਹੁੰਦੀ ਹੈ ਠੀਕ ਹੈ ਜੀ ਜੇਕਰ ਮੁਕਰ ਵੀ ਗਿਆ ਤੇ ਮਰ ਵੀ ਗਿਆ ਬੰਦੇ ਦੇ ਇੱਕੋ ਹਸਾਬੀ ਆ ਵੀ ਮਤਲਬ ਕਿ ਤੁਸੀਂ ਪੈਸੇ ਦਿੱਤੇ ਤੁਹਾਡੇ ਕੋਲ ਨਾ ਰਸੀਦ ਹੋਣੀ ਆ ਵੀ ਮੈਂ ਭਰਤੀ ਲਈ ਪੈਸੇ ਦਿੱਤੇ ਸੀ ਤੂੰ ਮੈਨੂੰ ਭਰਤੀ ਕਰਾਉਣਾ ਸੀ ਇੰਨੇ ਪੈਸੇ ਤੁਮੇ ਤੋਂ ਫੜੇ ਆ ਕਿਉਂਕਿ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਕਾਨੂੰਨ ਅਤੇ ਜਾਂ ਫੇਕ ਹਾਈ ਕੋਰਟ ਦੇ ਵਿੱਚ ਵੀ ਜਾਂ ਸੁਪਰੀਮ ਕੋਰਟ ਦੇ ਵਿੱਚ ਵੀ ਕਾਨੂੰਨ ਜਿਹੜਾ ਕਹਿੰਦਾ ਵੀ ਸਾਡੇ ਕੋਲ ਸਬੂਤ ਹੋਊਗਾ ਤਾਂ ਹੀ ਤੁਹਾਡੇ ਉੱਤੇ ਅਸੀਂ ਕੇਸ ਜਿਹੜਾ ਹੈਗਾ ਤੁਹਾਡੇ ਅੱਗੇ ਦਰਜ ਕਰ ਸਕਾਂਗੇ ਤੇ ਸਭ ਤੋਂ ਦੂਸਰੀ ਇੰਪੋਰਟੈਂਟ ਗੱਲ ਹੈ ਵੀ ਜਿਵੇਂ ਤੁਸੀਂ ਹੁਣ ਭਰਤੀਆਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਆਨਸਰ ਵੀ ਆਉਂਦੇ ਆ ਬਾਹਰ ਦੀਆਂ ਸਟੇਟਾਂ ਵਾਲੇ ਬੰਦੇ ਇਹੋ ਜਿਹੇ ਆਉਂਦੇ ਤੁਹਾਡੇ ਮੂਰੇ ਤੁਹਾਨੂੰ ਕਹਿਣਗੇ ਵੀ ਅਸੀਂ ਤੁਹਾਡਾ ਸਰਟੀਫਿਕੇਟ ਬਣਾ ਦਿੰਨੇ ਆ ਐਸਸੀ ਬੀਸੀ ਜਾਂ ਫਿਰ ਇਕਨੋਮਿਕ ਵੀਕਰ ਸੈਕਸ਼ਨ ਜਾਂ ਕਿਸੇ ਵੀ ਤਰ੍ਹਾਂ ਦਾ ਸਰਟੀਫਿਕੇਟ ਦੋਸਤੋ ਮੈਂ ਬੇਨਤੀ ਕਰਦਾ ਵੀ ਜੇਕਰ ਤੁਸੀਂ ਸਰਟੀਫਿਕੇਟ ਬਣਾ ਵੀ ਲਿੱਤਾ ਨਾ ਤਾਂ ਤੁਹਾਡੇ ਲਈ ਉਹ ਵੀ ਮਤਲਬ ਕਿ ਇਹਦਾ ਪਾਵਰ ਕੋਈ ਕੰਮ ਦਾ ਹੈ ਹੀ ਨਹੀਂ ਕਾਰਨ ਕੀ ਹੈ ਐਡਵਰਟਾਈਜ਼ਮੈਂਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਮੈਂਸ਼ਨ ਕੀਤੀਆਂ ਜਿਸ ਦੇ ਵਿੱਚ ਕਿਹਾ ਵੀ ਜੇਕਰ ਡਾਕੂਮੈਂਟ ਸਕਰੂਨਿੰਗ ਟਾਈਮ ਸਾਡੇ ਕੋਲ ਜੇ ਸਰਟੀਫਿਕੇਟ ਲੱਗਦਾ ਵੀ ਜਾਲੀ ਲੱਗਿਆ ਜਾਂਦਾ ਤਾਂ ਡੈਫੀਨਿਟਲੀ ਤੁਹਾਡੇ ਪਿਛਲੇ ਕਈ ਸਾਲਾਂ ਦੇ ਜਿਹੜੇ ਸਰਟੀਫਿਕੇਟ ਬਣੇ ਹੋਣਗੇ ਅਪਡੇਟ ਜਿਹੜੇ ਤੁਸੀਂ ਕਰਾਏ ਹੋਣੇ ਆ ਕਹਿੰਦਾ ਆਪਾਂ ਉਦੋਂ ਬਾਅਦ ਅਪਡੇਟ ਤੋਂ ਪਹਿਲਾਂ ਜਿਹੜੇ ਸਰਟੀਫਿਕੇਟ ਹੈਗੇ ਉਹ ਵੀ ਤੁਹਾਡੇ ਤੋਂ ਮੰਗਾਏ ਜਾ ਸਕਦੇ ਨੇ ਠੀਕ ਹੈ ਜੀ ਮੰਗਾਏ ਕੀ ਅੱਬਲ ਤਾਂ ਲਗਵਾਣ ਗਈ ਨਾਲ ਠੀਕ ਹੈ ਜੀ ਤੇ ਐਡਵਰਟਾਈਜ਼ਮੈਂਟ ਵਿੱਚ ਸ਼ਾਇਦ ਲਿਖਿਆ ਵੀ ਹੋਇਆ ਮੈਂ ਪੜ੍ਹਿਆ ਸੀਗਾ ਬਟ ਮੈਨੂੰ ਹੁਣ ਡੈਫੀਨਿਟਲੀ ਮੈਂ ਚੈੱਕ ਹੁਣ ਕਰੂੰਗਾ ਤਾਂ ਵੀਡੀਓ ਲੰਬੀ ਜਾ ਸਕਦੀ ਹੈ ਬਟ ਤੁਸੀਂ ਆਹ ਚੀਜ਼ਾਂ ਪੜ੍ਹ ਸਕਦੇ ਹੋ ਠੀਕ ਹੈ ਜੀ ਜਿਹੜੀਆਂ ਹਾਂ ਐਸਸੀ ਬੀਸੀ ਲੈਟਰ ਰਿਜ਼ਰਵੇਸ਼ਨ ਲੈਟਰ ਜੋ ਵੀ ਆਪਾਂ ਨੂੰ ਇਨਕੁਆਰੀਆਂ ਔਰ ਸਾਰਿਆਂ ਤੁਸੀਂ ਪੜ ਸਕਦੇ ਹੋ ਜਿਹੜੇ ਇੱਥੇ ਲਿਕ ਕਲਿਕ ਹੇਅਰ ਲਿਖਿਆ ਇਹਦੇ ਵਿੱਚ ਸਾਰਾ ਕੁਝ ਮੈਂਸ਼ਨ ਹੈ ਠੀਕ ਹੈ ਜੀ ਜਿਹੜੀਆਂ ਜਿਹੜੀਆਂ ਚੀਜ਼ਾਂ ਕਰਕੇ ਤੁਹਾਡੀ ਕੈਂਡਿਡੇਟ ਬਹੁਤ ਪਾਬੰਦੀ ਲੱਗ ਸਕਦੀ ਹੈ ਤੁਹਾਡੀ ਭਰਤੀ ਤੇ ਤੇ ਦੂਸਰੀ ਗੱਲ ਲੀਗਲ ਕਾਰਵਾਈ ਤੁਹਾਡੇ ਉੱਤੇ ਹੋ ਸਕਦੀ ਹੈ ਜੇ ਤੁਸੀਂ ਜਾਲੀ ਸਰਟੀਫਿਕੇਟ ਬਣਾਉਣੇ ਹੋ ਬਹੁਤ سارے ਜਰਨਲ ਕੈਂਡੀਡੇਟਸ ਇਹੋ ਜਿਹੇ ਹੁੰਦੇ ਆ ਵੀ ਆਪਾਂ ਜਰਨਲ ਕੋਟਾ ਤਾਂ ਹੈਗੇ ਹੀ ਆ ਤੇ ਆਪ ਆਪਣੇ ਸੈਕਸ਼ਨ ਦਾ ਆਪਾਂ ਬਣਾ ਲਈਏ ਸਰਟੀਫਿਕੇਟ ਇਹੋ ਜਿਹੇ ਬੱਚੇ ਬਹੁਤ ਹੈਗੇ ਆ ਐਮਐਲਐਸ ਐਮਐਲਏ ਦੇ ਜਿਹੜੇ ਨੁਮਾਇੰਦੇ ਹੁੰਦੇ ਆ ਜਿਵੇਂ ਪੀਏ ਹੋ ਗਿਆ ਜਾਂ ਫਿਰ ਉਹਨਾਂ ਦੇ ਪ੍ਰਧਾਨ ਪ੍ਰਧੂਨ ਜਿਹੜੇ ਵੀ ਚੁਣੇ ਹੁੰਦੇ ਸ਼ਹਿਰਾਂ ਵਿੱਚ ਉਹਨਾਂ ਤੱਕ ਅਪੀਲ ਕਰਦੇ ਆ ਵੀ ਸਾਡਾ ਸਰਟੀਫਿਕੇਟ ਬਣਵਾ ਦਿਓ ਸਾਡੀ ਤਨਖਾਹ ਤਾਂ ਚਲੋ ਵਾਧਿਆ ਪਰ ਫਿਰ ਵੀ ਅੰਦਰ ਖਾਤੇ ਜੇ ਪੈਸੇ ਲੈ ਕੇ ਤੁਸੀਂ ਕਰ ਸਕਦੇ ਹੋ ਤਾਂ ਸਾਡਾ ਕੰਮ ਹੋ ਜੇ ਤਾਂ ਬਹੁਤ ਵਧੀਆ ਹੋਊਗਾ ਅਸੀਂ ਘੱਟ ਘੱਟ ਕਟ-ਆਫ ਦੇ ਵਿੱਚ ਅਸੀਂ ਸਾਡੀ ਸਿਲੈਕਸ਼ਨ ਹੋ ਜੂਗੀ ਦੋਸਤੋ ਜਨਰਲ ਕੈਟਾਗਰੀ ਦੀ ਮੰਨਿਆ ਵੀ ਤੁਸੀਂ 75 76 ਤੱਕ ਜਾ ਰਹੀ ਹੈ ਇਕਨੋਮਿਕ ਵਿਕਰ ਸੈਕਸ਼ਨ ਦੀ 5 ਘਟ ਜਾ ਰਹੀ ਹੈ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਆਪਣੀ ਜ਼ਿੰਦਗੀ ਲਾਈਫ ਰਿਸਕ ਤੇ ਲਾ ਕੇ ਜਾਣੀ ਹੈ 5 ਨੰਬਰ ਵੱਧ ਤੁਸੀਂ ਲੈ ਸਕਦੇ ਹੋ ਬਿੰਤੀ ਇਹ ਹੈ ਪਲੀਜ਼ ਇਹਨਾਂ ਗੱਲਾਂ ਪਿੱਛੇ ਬਿਲਕੁਲ ਨਾ ਪਈਓ ਕਿਉਂਕਿ ਇਹ ਬਹੁਤ ਫੇਕ ਬੰਦੇ ਇਹੋ ਜਿਹੇ ਫਿਰਦੇ ਆ ਤੁਹਾਡੇ ਵਿੱਚ ਤੁਹਾਡੀ ਲਾਈਫ ਖਰਾਬ ਕਰ ਸਕਦੇ ਆ ਇਹ ਤੁਹਾਡੇ ਕੋਲ ਚਾਂਸਸ ਹੁਣ 5 ਸਾਲ ਹੈਗੇ ਜਿੰਨੇ ਚ ਇੱਕ ਸਰਕਾਰ ਹੈਗੀ ਆ ਉਦੋਂ ਅੱਗੇ ਸਰਕਾਰ ਜੇ ਬਣੀ ਜਾਂ ਨਾ ਬਣੀ ਉਹ ਤੁਹਾਡੇ ਤੇ ਡਿਪੈਂਡ ਹੈ ਲੋਕਾਂ ਦੇ ਡਿਪੈਂਡ ਹੈ ਵੀ ਬਣਾਣਗੇ ਜਾਂ ਨਹੀਂ ਠੀਕ ਹੈ ਬਾਕੀ ਤੁਹਾਡੇ ਕੋਲ ਹੁਣ ਸਮਾਂ ਇਹੀ ਹੈ ਵੀ ਪੜੋ ਜਿੰਨਾ ਪੜ ਸਕਦੇ ਹੋ ਜਿੰਨਾ ਪੈਸਾ ਤੁਸੀਂ ਇਹਨਾਂ ਨੂੰ ਦੋਗੇ ਉਹਨੂੰ ਵਧਿਆ ਤੁਸੀਂ ਇੰਸਟੀਚੂਟ ਦੇ ਵਿੱਚ ਜੁਆਇਨਿੰਗ ਕਰ ਲਓ ਉਹ ਸਾਲ ਲੱਗ ਜੂ ਸਮਾਂ ਲੱਗ ਜੂ ਪਰ ਜਿਹੜੀ ਤੁਸੀਂ ਮਿਹਨਤ ਨਾਲ ਨੌਕਰੀ ਪ੍ਰਾਪਤ ਕਰੋਗੇ ਉਹ ਗੱਲ ਵੱਖਰੀ ਹੋ ਤੁਸੀਂ ਪਹੁੰਚ ਹੀ ਜਾਣਾ ਜੇਕਰ ਪਹੁੰਚ ਵੀ ਗਏ ਤੁਸੀਂ ਮਦਦ ਨਾਲ ਤਾਂ ਕਿਤੇ ਨਾ ਕਿਤੇ ਤੁਹਾਡੇ ਨਾਲ ਇਹੋ ਜੀ ਗੱਲ ਹੋ ਜਾਣੀ ਹੈ ਤੁਸੀਂ ਉੱਥੋਂ ਵੀ ਸਸਪੈਂਡ ਹੋ ਕੇ ਘਰੇ ਆ ਸਕਦੇ ਹੋ ਠੀਕ ਹੈ ਜੀ ਕਿਉਂਕਿ ਰੱਬ ਦੀ ਹੋਂਦ ਦਾ ਕੁਝ ਨਹੀਂ ਪਤਾ ਕੀ ਬਣ ਜਾਵੇ ਠੀਕ ਹੈ ਤੇ ਦੂਸਰੀ ਗੱਲ ਇੱਕ ਹੋਰ ਬੱਚਿਓ ਬਹੁਤ ਸਾਰੇ ਬੱਚੇ ਜਿਹੜਾ ਹੈਗਾ 10th 2 ਦੇ ਵਿੱਚ ਜਿਹੜਾ ਹੈਗਾ ਪੰਜਾਬੀ ਲਾਜ਼ਮੀ ਕਿਹਾ ਉਸ ਬਾਰੇ ਗੱਲ ਹੁੰਦੀ ਹੈ ਵੀ ਐਡੀਸ਼ਨਲ ਸਰਟੀਫਿਕੇਟ ਜਾਲੀ ਬਣਾ ਸਕਦੇ ਆ ਦੋਸਤੋ ਤੁਹਾਡੇ ਤੋਂ ਜਿਹੜਾ ਪੇਪਰ ਹੈ ਜਾਲੀ ਸਰਟੀਫਿਕੇਟ ਤੁਹਾਡਾ ਪੇਪਰ ਵੀ ਕਢਾਇਆ ਜਾ ਸਕਦਾ ਕਿਉਂਕਿ ਵੈਰੀਫਾਈ ਹੁੰਦਾ ਐਡੀਸ਼ਨਲ ਸਰਟੀਫਿਕੇਟ ਦੇ ਵਿੱਚ ਤੁਹਾਡਾ ਪੇਪਰ ਕਦੋਂ ਹੋਇਆ ਕਿ ਪੇਪਰ ਦੇ ਵਿੱਚ ਕੀ ਕੁਝ ਪੁੱਛਿਆ ਗਿਆ ਸੀ ਮਤਲਬ ਪ੍ਰੋਪਰ ਤੁਹਾਡਾ ਜਿਹੜਾ ਪੇਪਰ ਹੁੰਦਾ ਜਿਸ ਬੋਰਡ ਤੋਂ ਤੁਸੀਂ ਕੀਤਾ ਉਸ ਦੇ ਵਿੱਚ ਜਾ ਕੇ ਵੈਰੀਫਿਕੇਸ਼ਨ ਹੁੰਦੀ ਹੈ ਵੀ ਐਡੀਸ਼ਨਲ ਜਿਹੜਾ ਹੈ ਕਿ ਸਹੀ ਸਬਜੈਕਟ ਚੁਣਿਆ ਸੀ ਜਾਂ ਸਰਟੀਫਿਕੇਟ ਹੀ ਕੱਲ ਬਣਵਾਇਆ ਤੇ ਇਸ ਕਰਕੇ ਪਲੀਜ਼ ਇਹ ਝੰਜਟ ਚ ਨਾ ਪਈਓ ਇਹ ਇਹ ਤਿੰਨ ਗੱਲਾਂ ਤਾਂ ਤੁਹਾਡੀਆਂ ਹੈਗੀਆਂ ਹੈਗੀਆਂ ਤੇ ਇੱਕ ਗੱਲ ਹੁਣ ਵੱਡੀ ਇਹ ਚੱਲ ਰਹੀ ਹੈ ਫਿਜ਼ੀਕਲ ਟ੍ਰਾਇਲ ਦੌਰਾਨ ਕਹਿੰਦੇ ਵੀ ਆਪਾਂ ਜਿਹੜਾ ਹੈਗਾ ਇੱਕ ਕੰਮ ਸੈੱਟ ਹੁੰਦਾ ਇਹ ਕਹਿੰਦੇ ਮਤਲਬ ਕਹਿਣ ਦਾ ਪਾਵਰ ਲੋਕਾਂ ਵੱਲੋਂ ਇਹ ਅਪੀਲ ਕਈ ਵਾਰ ਸੁਣਨ ਨੂੰ ਆਂਦੀ ਹੈ ਵੀ ਫਿਜ਼ੀਕਲ ਟ੍ਰਾਇਲ ਦੇ ਵਿੱਚ ਕੁਝ ਨਹੀਂ ਹੁੰਦਾ ਤੁਸੀਂ ਜਿਵੇਂ ਮਰਜ਼ੀ ਟ੍ਰਾਇਲ ਦੇ ਕੇ ਆ ਜਾਓ ਤੇ ਉਸ ਤੋਂ ਬਾਅਦ ਦੇ ਵਿੱਚ ਅੰਦਰ ਖਾਤੇ ਅਸੀਂ ਆਪਣੇ ਆਪ ਨਾਮ ਪਵਾ ਦਾਂਗੇ ਇਹ ਗੱਲ ਬੱਚਿਓ ਉਹੀ ਬੰਦਾ ਕਹਿੰਦਾ ਜਿਹੜੇ ਬੰਦੇ ਨੇ ਪੈਸੇ ਖਾਣੇ ਹੁੰਦੇ ਆ ਤੇ ਤੁਹਾਡਾ ਕੰਮ ਨਹੀਂ ਹੋਣਾ ਹੁੰਦਾ ਵੀ ਤਾਂ ਕਿ ਫਿਜ਼ੀਕਲ ਟ੍ਰਾਇਲ ਦਰਾਂ ਨਹੀਂ ਇੱਕ ਇਹੋ ਜਿਹਾ ਦੌਰ ਹੁੰਦਾ ਜਦੋਂ ਬੱਚਾ ਟੈਨਸ਼ਨ 'ਚ ਹੁੰਦਾ ਕਿਉਂਕਿ ਬਹੁਤ ਸਾਰੇ ਬੱਚੇ ਪੜ੍ਹਾਈ ਵੱਲ ਜ਼ਿਆਦਾ ਧਿਆਨ ਦਿੰਦੇ ਆ ਫਿਜ਼ੀਕਲੀ ਅਨਫਿਟ ਹੁੰਦੇ ਆ ਸੋ ਇਹਨਾਂ ਚੀਜ਼ਾਂ ਤੋਂ ਬਹੁਤ ਇੰਪੋਰਟੈਂਟ ਹੈ ਤੁਸੀਂ ਆਪਣੀ ਫਿਜ਼ੀਕਲ ਫਿਟਨੈਸ ਵੀ ਤਿਆਰ ਰੱਖੋ ਕਿਉਂਕਿ ਇਹੋ ਜਿਹੇ ਪਰਸਨ ਇਹ ਕਿੱਥੋਂ ਕਿੱਥੋਂ ਆਉਂਦੇ ਆ ਹੋਰ ਸਟੇਟਾਂ ਤੋਂ ਆਉਂਦੇ ਆ ਤੇ ਪੰਜਾਬ ਦੇ ਵਿੱਚ ਚਾਰ ਪੰਜ ਚ ਲਿੰਕ ਬਣਾ ਕੇ ਰੱਖਦੇ ਆ ਵੀ ਲੋਕਾਂ ਨੂੰ ਲੱਗੇ ਹਾਂ ਬਈ ਇਹਦੇ ਲਿੰਕ ਹੈਗੇ ਆ ਠੀਕ ਹੈ ਲਿੰਕ ਕੋਈ ਨਹੀਂ ਹੁੰਦਾ ਕਿਸੇ ਦਾ ਜਸਟ ਇਹ ਤੁਹਾਡੇ ਤੋਂ ਪੈਸੇ ਲੋ ਲੁੱਟ ਕੇ ਲੱਖਾਂ ਕਰੋੜਾ ਰੁਪਇਆ ਸਕੈਮ ਖੇਡ ਕੇ ਇਹਨਾਂ ਨੇ ਹੋਰ ਦੇਸ਼ਾਂ ਵਿੱਚ ਪਹੁੰਚ ਜਾਣਾ ਹੁੰਦਾ ਜਦੋਂ ਤੁਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹੋ ਜਾਂ ਇਹਨਾਂ ਨੂੰ ਲੱਭਦੇ ਹੋ ਉਦੋਂ ਤੁਹਾਨੂੰ ਮਿਲਦੇ ਹੀ ਨਹੀਂ ਹੋਰ ਦੇਸ਼ਾਂ 'ਚ ਜਾ ਕੇ ਆਪਣਾ ਰਹਿਣ ਸਹਿਣ ਕਰਨ ਲੱਗ ਜਾਂਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਵੀ ਨੰਗ ਹੋ ਜਾਂਦੇ ਹੋ ਤੁਹਾਡੇ ਮਾਪਿਓ ਵੀ ਪਰੇਸ਼ਾਨ ਹੋ ਜਾਂਦੇ ਆ ਮਤਲਬ ਕਹਿਣ ਦਾ ਭਾਵ ਇੱਕ ਹਿਸਾਬ ਦਾ ਘਰ ਦੀ ਸਥਿਤੀ ਚੇਂਜ ਹੋ ਜਾਂਦੀ ਆ ਪੂਰੀ ਜਿਹੜੀ ਤੁਸੀਂ ਕਦੇ ਸੋਚੀ ਨਹੀਂ ਨਦੀ ਉਹ ਕੰਡੀਸ਼ਨ ਸੋ ਇਹ ਚੀਜ਼ਾਂ ਬਹੁਤ ਚੱਲਣ ਲੱਗ ਪਈਆਂ ਇਸ ਸਰਕਾਰ ਦੌਰਾਨ ਵੀ ਪਿਛਲੇ ਸਾਲ ਦੀਆਂ ਭਰਤੀਆਂ ਵਿੱਚ ਵੀ ਬਹੁਤ ਹੋਇਆ ਸੀ ਬਟ ਫਿਰ ਵੀ ਟੈਕਲ ਪਾ ਲਿਆ ਭਗਵੰਤ ਮਾਨ ਸਰਕਾਰ ਵੱਲੋਂ ਐਕਸ਼ਨ ਲਿੱਤੇ ਗਏ ਹੋ ਜੀ ਵੀ ਬੱਚਿਆਂ ਨੂੰ ਪਹਿਲਾਂ ਹੀ ਅਵੇਅਰ ਕਰ ਦਿੱਤਾ ਵੀ ਕੋਸ਼ਿਸ਼ ਨਾ ਕਰਿਓ ਉਹ ਜੀ ਗੱਲ ਕਰਨ ਦੀ ਬਾਅਦ ਦੇ ਵਿੱਚ ਪਛਤਾਉਂਗੇ ਬਟ ਹੁਣ ਜਿਹੜੇ ਹੈਗੇ ਆ ਐਂਟੀ ਸਰਕਾਰਾਂ ਹੈਗੀਆਂ ਇਹ ਕੋਸ਼ਿਸ਼ ਕਰ ਰਹੀਆਂ ਵੀ ਇਹ ਸਰਕਾਰ ਦਾ ਜਿਹੜਾ ਕਿ ਬੋਲਵਾਲਾ ਖਰਾਬ ਕਰਦੇ ਹੀ ਇਹ ਲੋਕਾਂ ਸਾਹਮਣੇ ਇਹਨਾਂ ਦੀ ਦਿੱਖ ਮਾੜੀ ਕਰਦੀ ਏ ਸੋ ਦੋਸਤੋ ਮੈਂ ਅਪੀਲ ਕਰੂੰਗਾ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਹੋਰ ਵੀ ਵੇਖਣ ਨੂੰ ਮਿਲ ਸਕਦੀਆਂ ਤੁਹਾਡੀ ਸੁਪਨਾ ਜਿਹੜਾ ਵਰਦੀ ਦਾ ਉਹ ਲੈ ਸਕਦਾ ਜੇਕਰ ਤੁਸੀਂ ਇਹੋ ਜਿਹੀਆਂ ਹਰਕਤਾਂ ਵਿੱਚ ਪੈ ਗਏ ਬਾਕੀ ਤੁਹਾਨੂੰ ਰਿਜ਼ਰਵੇਸ਼ਨ ਕੈਟਾਗਰੀ ਸਰਟੀਫਿਕੇਟ ਬਣਾਉਣ ਦੀ ਲੋੜ ਉਂਝ ਵੀ ਨਹੀਂ ਉਹ ਤੁਹਾਡੇ ਸਾਹਮਣੇ ਮੈਂ ਹੁਣੇ ਐਗਜ਼ਾਮਪਲ ਦੇ ਦਿੰਦਾ ਠੀਕ ਹੈ ਜੀ ਜਿਵੇਂ ਮੰਨ ਲਓ ਹੁਣ ਮੈਂ ਪੰਜਾਬ ਪੁਲਿਸ ਦੀ ਆਪਾਂ ਭਰਤੀ ਹੁਣੇ ਹੋਈ ਆ ਆਪ ਠੀਕ ਹੈ ਜੀ 2023 ਦੀ ਠੀਕ ਹੈ ਤੇ 2023 ਦਾ ਆਪਾਂ ਰਿਜ਼ ਜਨਰਲ ਕੈਂਡੀਡੇਟਸ ਦੀ ਆਪਾਂ ਲਿਸਟ ਕੱਢਦੇ ਹਾਂ ਠੀਕ ਹੈ ਅਮੈਂ ਅੱਗੇ ਵੀ ਤੁਹਾਨੂੰ ਦਿਖਾਈ ਸੀ ਕਲਿੱਕ ਕਰੋ ਇਸ ਦੇ ਵਿੱਚ ਦੇਖੋ ਬੈਕਵਰਡ ਕਲਾਸ ਦਾ ਬੱਚਾ ਆ ਆ ਦੂਜੇ ਨੰਬਰ ਤੇ ਠੀਕ ਹੈ ਜੀ ਇਹ ਜਨਰਲ ਕੈਟਾਗਰੀ ਦੇ ਵਿੱਚ ਪਾ ਕੇ ਇਹਨੂੰ ਸਿਲੈਕਸ਼ਨ ਦਿੱਤੀ ਹੈ 92 ਨੰਬਰਾਂ ਤੇ ਇਹਦਾ ਮਤਲਬ ਇਹ ਆ ਜਿੰਨੀ ਪੜ੍ਹਾਈ ਤੁਸੀਂ ਕਰੋਗੇ ਜਿੰਨੇ ਵੱਧ ਨੰਬਰ ਆਣਗੇ ਤੁਹਾਨੂੰ ਰਿਜ਼ਰਵੇਸ਼ਨ ਰਾਹੀਂ ਸਿਲੈਕਸ਼ਨ ਨਹੀਂ ਮਿਲਣੀ ਤੁਹਾਨੂੰ ਅਨਰਿਜ਼ਰਵਡ ਕੈਟਾਗਰੀ ਥਰੂ ਮਿਲਣੀ ਹੈ ਅਨਰਿਜ਼ਰਵਡ ਮਤਲਬ ਹੁੰਦਾ ਕਿਸੇ ਲਈ ਰਿਜ਼ਰਵਡ ਨਹੀਂ ਗਈ ਨਾਈ ਜਰਨਲ ਲਈ ਹੈ ਨਾਈ ਕਿਸੇ ਹੋਰ ਕੈਟੇਗਰੀ ਲਈ ਇਹ ਉਹਨਾਂ ਲਈ ਰਿਜ਼ਰਵ ਹੈ ਵੀ ਜਿਹੜੇ ਬੱਚੇ ਨੇ ਵਾਧੇ ਤੋਂ ਵਾਧੇ ਨੰਬਰ ਪ੍ਰਾਪਤ ਕੀਤੇ ਆ ਠੀਕ ਹੈ ਜੀ ਬਾਕੀ ਦੋਸਤੋ ਇਹਨਾਂ ਬੱਚਿਆਂ ਨੂੰ ਹੁਣ ਨਾ ਪੇਪਰ ਭਰਨ ਦੀ ਲੋੜ ਹੈ ਨਾ ਤਿਆਰੀ ਕਰਨ ਦੀ ਲੋੜ ਹੈ ਕਿਉਂਕਿ ਇਹਨਾਂ ਬੱਚਿਆਂ ਦੇ ਹੁਣ ਸਿਰਫ ਮੈਡੀਕਲ ਤੇ ਆ ਚੀਜ਼ਾਂ ਦੀ ਸਿਰਫ ਇਹ ਹੋਣੀ ਹੈ ਜਿਹੜੀ ਕਿ ਸਿਰਫ ਇੱਕ ਮਾਮੂਲੀ ਤਰੀਕ ਇੱਕ ਚੀਜ਼ ਹੁੰਦੀ ਆ ਜਿਹੜੀ ਕਿ ਆਲਰੇਡੀ ਹੋ ਚੁੱਕੀ ਹੈ ਬਸ ਇੱਕ ਕਹਿਣ ਦਾ ਪਾਬ ਕਹਿੰਦੇ ਨਹੀਂ ਹੁੰਦੇ ਵੀ ਬਸ ਇੱਕ ਸ਼ੋਸ਼ਾ ਹੀ ਕਰਨਾ ਹੈ ਠੀਕ ਹੈ ਐਗਜ਼ਾਮਪਲ ਦਿੱਤੀਆ ਬਟ ਕਹਿ ਵੀ ਨਹੀਂ ਸਕਦੇ ਸ਼ੋਸ਼ਾ ਕਰਨਾ ਕਿਉਂਕਿ ਇਹਨਾਂ ਦੇ ਹਜੇ ਅਥਾਰ ਉਹ ਤਾਂ ਬੰਦਾ ਨਾ ਤਿਆਰੀ ਕਰੇ ਅਗਲੇ ਪੇਪਰ ਦੀ ਸਾਰਾ ਕੁਝ ਮਤਲਬ ਨੰਬਰ ਵਧੀਆ ਆਏ ਆ ਸਾਰੇ ਸਰਟੀਫਿਕੇਟ ਓਕੇ ਆ ਕੋਈ ਜਾਲੀ ਨਹੀਂਗਾ ਤਾਂ ਪਲੀਜ਼ ਉਹ ਬੱਚਾ ਤਾਂ ਨਾ ਮਤਲਬ ਤਿਆਰੀ ਕਰੇ ਉਹ ਪੇਪਰ ਵੀ ਨਾ ਭਰੇ ਉਹਦਾ ਨੰਬਰ ਲੱਗਿਆ ਹੋਇਆ ਤੇ ਵਰਦੀ ਦੀ ਤਿਆਰੀ ਕਰੇ ਇਹ ਸੋਚ ਲੈ ਵੀ ਕਿਹੜਾ ਦਰਜੀ ਵਧੀਆ ਵਰਦੀ ਬਣਾਉਂਦਾ ਤੇ ਕਿਹੜੇ ਵਧੀਆ ਮਤਲਬ ਕਹਿੰਦਾ ਪਾਪ ਸਾਡੀ ਸ਼ਾਈਨਿੰਗ ਕਰੂਗੀ ਜਿਹੜੀ ਵਰਦੀ ਵਧੀਆ ਲੱਗੇ ਸਾਡੀ ਪਾਈ ਫਿਟਨੈਸ ਵਧੀਆ ਹੋਵੇ ਵਰਦੀ ਵਿੱਚ ਤੇ ਜਿਹੜਾ ਬੱਚਾ ਜਾਲੀ ਸਰਟੀਫਿਕੇਟ ਬਣਾਈ ਬੈਠਾ ਪਲੀਜ਼ ਉਸ ਨੂੰ ਮੈਂ ਬੇਨਤੀ ਕਰੂੰਗਾ ਜੇ ਤਾਂ ਕਿਸਮਤ ਚੰਗੀ ਹੋਈ ਤਾਂ ਜੋਬ ਮਿਲ ਸਕਦੀ ਹੈ ਬਾਕੀ ਖਤਰਾ ਵੀ ਹੈ ਤਾਂ ਪਲੀਜ਼ ਤਿਆਰੀ ਕਰਕੇ ਆਪਣੀ ਅਗਲੇ ਪੇਪਰ ਦੀ ਤਿਆਰੀ ਕਰ ਲਵੇ ਬਾਕੀ ਦੋਸਤੋ ਜਾਲੀ ਤਾਂ ਹੈ ਨਹੀਂ ਜਿਹੜੇ ਬੱਚੇ ਨੇ ਇੰਨੀ ਮਿਹਨਤ ਕੀਤੀ ਹੋਊਗੀ ਨੰਬਰ ਇੰਨੇ ਨੇ ਲਿੱਤੇ ਆ ਤਾਂ ਮਿਹਨਤੀ ਬੱਚੇ ਹੀ ਹੋਣੇ ਆ ਠੀਕ ਹੈ ਜੀ ਆਪਾਂ ਕਹ ਕਿਸੇ ਦੇ ਦੋਸ਼ ਨਹੀਂ ਲਾ ਸਕਦੇ ਬਾਕੀ ਦੋਸਤੋ ਉਮੀਦ ਕਰਦਾ ਤੁਸੀਂ ਮੇਰੀਆਂ ਗੱਲਾਂ ਸਮਝ ਗਏ ਹੋਵੋਗੇ ਠੀਕ ਹੈ ਜੀ ਤੇ ਆਪਣੀ ਜਿਹੜੀ ਭੈਣ ਭਰਾ ਹੁਣ ਤਿਆਰੀ ਕਰ ਰਹੇ ਆ ਤਾਂ ਪਲੀਜ਼ ਉਹਨਾਂ ਲਈ ਹੁਣ ਮੈਂ ਜਿਹੜੀ ਵੀ ਹੁਣ ਅੱਜ ਵੀਡੀਓ ਦੱਸੀ ਹੈ ਇਹ ਗੱਲਾਂ ਤੇ ਬਹੁਤ ਡੂੰਗਾ ਪ੍ਰਭਾਵ ਪਾਈਓ ਮਤਲਬ ਕਹਿਣ ਦਾ ਬਹੁਤ ਲੋਕਾਂ ਤੱਕ ਪਹੁੰਚਾਈਓ ਤਾਂ ਕਿ ਉਹ ਫਸ ਨਾ ਜਾਣ ਕਿਉਂਕਿ ਲੱਖਾਂ ਦੀ ਤਦਦ ਦੇ ਵਿੱਚ ਪੈਸੇ ਲੁੱਟੇ ਜਾ ਰਹੇ ਨੇ ਹਰਿਆਣਾ ਪੁਲਿਸ ਦੇ ਵਿੱਚ ਵੀ ਪੰਗਾ ਪਿਆ ਸੀ ਆ ਦਿੱਲੀ ਪੁਲਿਸ ਦੇ ਵਿੱਚ ਵੀ ਪੰਗਾ ਪਿਆ ਸੀ ਬਹੁਤ ਸਾਰੇ ਬੱਚਿਆਂ ਨਾਲ ਇਹੋ ਜਿਹੀ ਖਿਲਵਾੜ ਹੋ ਚੁੱਕਾ ਹੈ ਹੁਣ ਵੀ ਰੇਲਵੇ ਭਰਤੀ ਦੇ ਵਿੱਚ ਵੀ ਬਹੁਤ ਪੰਗੇ ਪੈਣਗੇ ਮੈਨੂੰ ਪਤਾ ਹੈ ਇਹ ਭਰਤੀਆਂ ਦਾ ਮੌਕਾ ਹੀ ਹੁੰਦਾ ਜਿਸ ਦੇ ਦੌਰਾਨ ਪੈਸੇ ਲੁੱਟੇ ਜਾਂਦੇ ਆ ਬੱਚਿਆਂ ਤੋਂ ਸੋ ਮੈਂ ਉਮੀਦ ਤੁਹੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਹੁਣ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਸਿਲੇਬਸਾਂਾਂ ਜਾ ਕਰਾਂਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਬੱਚਿਆਂ ਤੱਕ ਕਾਰਵਾਈ ਪਹੁੰਚ ਸਕੇ ਆਪਣੇ ਇਹਨਾਂ ਇਹ ਗੱਲਾਂ ਨੂੰ ਵੀ ਸਮਝ ਸਕਣ ਤੇ ਸਿਲੇਬਸ ਬਾਰੇ ਵੀ ਜਾਣ ਸਕਣ ਤੇ ਆਪਾਂ ਡੂੰਗੀ ਤਰੀਕੇ ਨਾਲ ਦੱਸਾਂਗੇ ਸਿਲੇਬਸ ਦੀ ਕਿਵੇਂ ਤਿਆਰੀ ਕਰਨੀ ਠੀਕ ਹੈ ਜੀ ਸੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਤੇ ਧੰਨਵਾਦ ਤੇ ਮੇਰੇ ਵੱਲੋਂ ਜੈ ਹਿੰਦ